ਦੋਸਤੋ ਸਤਿ ਸ੍ਰੀ ਅਕਾਲ, ਆਦਾਬ। ਮੈਂ ਤੁਹਾਡਾ ਵੀਰ ਹੰਸ ਰਾਜ ਹੰਸ। ਯਮਲਾ ਜੀ ਬਾਰੇ ਮੈਂ ਅਕਸਰ ਦੱਸਦਾ ਰਹਿੰਦਾ ਕਿ ਮੈਂ ਅਗਰ ਸਿੰਗਰ ਹਾਂ, ਥੋੜ੍ਹਾ ਬਹੁਤਾ ਗਾਇਆ, ਤੋ ਬਿਕੋਜ਼ ਆਫ ਉਸਤਾਦ ਲਾਲ ਚੰਦ ਯਮਲਾ ਜੱਟ। ਉਹਨਾਂ ਦੀ ਆਲ ਔਲਾਦ ਲਈ ਵੀ ਮੇਰੇ ਲਈ ਮੇਰੇ ਦਿਲ ਵਿੱਚ ਬਹੁਤ ਜ਼ਿਆਦਾ ਅਦਬ ਹੈ, ਸਤਿਕਾਰ ਹੈ। ਔਰ ਭੋਲਾ ਯਮਲਾ ਜੀ ਜੋ ਉਹਨਾਂ ਦੇ ਨਾਂ ਨੂੰ ਚਾਰ ਚੰਨ ਲਗਾ ਰਹੇ ਨੇ, ਬੜਾ ਅੱਛਾ ਕੰਮ ਕਰ ਰਹੇ ਨੇ। ਉਹ ਸਲਾਮਤ ਰਹਿਣ, ਖੁਸ਼ ਰਹਿਣ। ਹੁਣ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਨੇ, ਤੁੰਬੀ ਵਰਸਿਸ ਰਫਲਾਂ। ਮੈਂ ਕਾਮਨਾ ਕਰਦਾ ਹਾਂ ਸਭ ਨੂੰ ਪਸੰਦ ਆਏਗਾ, ਇਹ ਤੁਸੀਂ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਭੋਲਾ ਜੀ, ਤੁਹਾਡੇ ਲਈ ਮੇਰੀਆਂ ਸਾਰੀਆਂ ਸ਼ੁਭ ਇੱਛਾਵਾਂ। ਬਾਬਾ ਜੀ ਤੁਹਾਨੂੰ ਕਾਮਯਾਬ ਕਰਨ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਨਿਰਮਲ ਸਿੱਧੂ। ਸੋ ਬਹੁਤ ਹੀ ਜ਼ਿਆਦਾ ਮੁਬਾਰਕਬਾਦ ਦੇਣ ਚਾਹੂੰਗਾ ਸਾਡਾ ਬਹੁਤ ਹੀ ਛੋਟਾ, ਪਿਆਰਾ ਤੇ ਸੁਰੀਲਾ ਆਰਟਿਸਟ ਭੋਲਾ ਯਮਲਾ, ਜਿਨ੍ਹਾਂ ਦਾ ਨਵਾਂ ਟਰੈਕ ਕੁਛ ਦਿਨਾਂ ਬਾਅਦ ਆਪਣੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਰਿਲੀਜ਼ ਹੋਣ ਜਾ ਰਿਹਾ, ਰਫਲਾਂ ਵਰਸਿਸ ਤੁੰਬੀ। ਦੋਸਤੋ, ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਦਾ ਜਿਹੜਾ ਸਾਡਾ ਪੰਜਾਬੀ ਸੰਗੀਤ ਹੈ ਉਹ ਕਿਸ ਦਿਸ਼ਾ ਨੂੰ ਜਾ ਰਿਹਾ ਹੈ, ਔਰ ਬਹੁਤ ਹੀ ਅੱਛੀ ਸ਼ੁਰੂਆਤ ਹੈ ਭੋਲਾ ਜੀ ਨੇ ਕੀਤੀ ਕਿ ਉਸ ਮਾਹੌਲ ਦੇ ਵਿੱਚ ਅਸੀਂ ਤੁੰਬੀ ਦੀ ਗੱਲ ਕਰੀਏ, ਕਿਉਂਕਿ ਕਲਾਕਾਰਾਂ ਦਾ ਸੰਬੰਧ ਸੰਗੀਤ ਨਾਲ ਔਰ ਸੰਗੀਤ ਦਾ ਸੰਬੰਧ ਇੰਸਟਰੂਮੈਂਟ ਨਾਲ ਹੁੰਦਾ ਹੈ, ਔਰ ਪੰਜਾਬੀਆਂ ਦਾ ਸੰਬੰਧ ਜਿਹੜਾ ਉਹ ਤੁੰਬੀ ਨਾਲ ਹੈ। ਸੋ ਉਸ ਤੁੰਬੀ ਰਾਹੀਂ ਇੱਕ ਤਰ੍ਹਾਂ ਦੀ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਮੇਰੇ ਵੱਲੋਂ ਭੋਲਾ ਯਮਲਾ ਜੀ ਨੂੰ ਔਰ ਉਹਨਾਂ ਦੀ ਸਾਰੀ ਟੀਮ ਨੂੰ ਲੱਖ ਲੱਖ ਮੁਬਾਰਕਾਂ ਹੋਣ, ਤੇ ਇਹ ਬਹੁਤ ਅੱਛਾ ਉਪਰਾਲਾ ਇਹਨਾਂ ਨੇ ਕੀਤਾ, ਤੇ ਉਮੀਦ ਕਰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਗਾਣਾ ਪਸੰਦ ਆਏਗਾ, ਕਿਉਂਕਿ ਟਾਈਟਲ ਹੀ ਬੜਾ ਖੂਬਸੂਰਤ ਹੈ। ਸੋ ਪੂਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਬੇਨਤੀ ਕਰੂੰਗਾ ਸਾਰੇ ਸਰੋਤਿਆਂ ਨੂੰ ਕਿ ਇਸ ਗਾਣੇ ਨੂੰ ਲਾਜ਼ਮੀ ਆਪਾਂ ਸੁਣਨਾ, ਦੇਖਣਾ, ਤੇ ਆਪਣੇ ਸੱਜਣਾ ਮਿੱਤਰਾਂ ਯਾਰਾਂ ਦੋਸਤਾਂ ਨੂੰ ਇਹ ਗਾਣਾ ਸੁਣਾਉਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਵਿੰਦਰ ਬਰਾੜ। ਸਾਡੇ ਬਹੁਤ ਸਤਿਕਾਰਯੋਗ ਬਾਈ ਭੋਲਾ ਯਮਲਾ ਜੀ, ਬਹੁਤ ਸੁਰੀਲੇ ਕਲਾਕਾਰ, ਉਹਨਾਂ ਦਾ ਗੀਤ ਆ ਰਿਹਾ ਜੀ ਤੁੰਬੀ ਵਰਸਿਸ ਰਫਲਾਂ। ਜਿੱਦਾਂ ਕਿ ਅੱਜ ਕੱਲ੍ਹ ਬਹੁਤ ਮਾਰ ਧਾੜ ਵਾਲੇ ਗਾਣਿਆਂ ਦਾ ਦੌਰ ਚੱਲ ਰਿਹਾ, ਜ਼ੋਰ ਚੱਲ ਰਿਹਾ, ਸੋ ਉਸ ਬਲਦੀ ਉਸ ਵਗਦੀ ਹੋਈ ਹਨੇਰੀ ਦੇ ਵਿੱਚ ਇੱਕ ਦੀਵੇ ਬਾਲਣ ਦੀ ਕੋਸ਼ਿਸ਼ ਬਾਈ ਹੋਰਾਂ ਨੇ ਕੀਤੀ ਹੈ। ਸੋ ਬਹੁਤ ਬਹੁਤ ਮੁਬਾਰਕਾਂ, ਅਤੇ ਬਹੁਤ ਖੂਬਸੂਰਤ ਗੀਤ ਹੈ, ਸਾਰਿਆਂ ਨੇ ਦੱਬ ਕੇ ਸਪੋਰਟ ਕਰਨੀ ਬਾਈ ਭੋਲਾ ਯਮਲਾ ਜੀ ਦੇ ਗੀਤ ਨੂੰ ਤੁੰਬੀ ਵਰਸਿਸ ਰਫਲਾਂ। ਥੈਂਕ ਯੂ ਵੈਰੀ ਮੱਚ। ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਗਿੱਲ ਹਬੀਬ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਉਸਤਾਦ ਲੋਕ ਗਾਇਕ ਲਾਲ ਚੰਦ ਜੀ ਯਮਲਾ ਜੱਟ, ਜਦੋਂ ਵੀ ਕਿਤੇ ਉਹਨਾਂ ਦਾ ਜ਼ਿਕਰ ਹੁੰਦਾ, ਉਹਨਾਂ ਦਾ ਕੋਈ ਗੀਤ ਜਦੋਂ ਸੁਣਦੇ ਆ, ਤਾਂ ਜਿਹੜਾ ਮਨ ਆ ਸਤਿਕਾਰ ਨਾਲ, ਮੁਹੱਬਤ ਨਾਲ ਭਰ ਜਾਂਦਾ, ਤੇ ਇਹੀ ਪਿਆਰ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਉਹਨਾਂ ਪ੍ਰਤੀ ਵੀ ਹੈਗਾ। ਕੱਲ ਮੈਨੂੰ ਫੋਨ ਤੇ ਗੱਲ ਹੋਈ, ਭੋਲਾ ਯਮਲਾ ਜੀ ਸੂਫੀ ਗਾਇਕ, ਉਹ ਇੱਕ ਗੀਤ ਲੈ ਕੇ ਆ ਰਹੇ ਆ ਤੁੰਬੀ ਵਰਸਿਸ ਰਫਲਾ। ਪਹਿਲੀ ਗੱਲ ਤਾਂ ਜਦੋਂ ਮੈਂ ਨਾਮ ਸੁਣਿਆ ਤੇ ਮੈਂ ਕਿਹਾ ਵੀ ਕੋਈ ਗੱਲ ਬਾਕੀ ਵਧੀਆ ਹੋਊਗੀ। ਸੋ ਉਹਨਾਂ ਨੇ ਕੋਈ ਸਤਰਾਂ ਵੀ ਸੁਣਾਈਆਂ, ਉਹਦੇ ਅੰਤਰਾ ਸੁਣਾਇਆ। ਬਹੁਤ ਹੀ ਅੱਛਾ ਗੀਤ ਹੈ, ਕਿਉਂਕਿ ਅੱਜ ਕੱਲ੍ਹ ਜਿਹੜੀ ਤੁਸੀਂ ਚੈਨਲਾਂ ਤੇ ਦੇਖ ਰਹੇ ਹੋ ਵੱਡ ਟੋਪੀ ਜਿਹੜੀ ਮਾਰ ਧਾੜ, ਇਹਨਾਂ ਦਿਨਾਂ ਵਿੱਚ ਇਹੋ ਜਿਹੇ ਗੀਤ ਜ਼ਰੂਰੀ ਹੈ। ਸੋ ਮੈਂ ਭੋਲਾ ਯਮਲਾ ਜੀ ਨੂੰ, ਉਹਨਾਂ ਦੀ ਸਮੁੱਚੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ, ਜਿਹੜੇ ਤੁਸੀਂ ਇਸ ਤਰ੍ਹਾਂ ਦਾ ਉਪਰਾਲਾ ਕੀਤਾ। ਬਹੁਤ ਬਹੁਤ ਤੁਸੀਂ ਵੀ ਇਸ ਗੀਤ ਨੂੰ ਸ਼ੇਅਰ ਕਰਿਓ, ਪਿਆਰ ਕਰਿਓ, ਬੜੀ ਮਿਹਰਬਾਨੀ, ਥੈਂਕ ਯੂ। ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਦਰਸ਼ਨਜੀਤ, ਤੇ ਇੱਕ ਬਹੁਤ ਹੀ ਸੋਹਣਾ ਗੀਤ ਜਿਹਦੇ ਬਾਰੇ ਮੈਂ ਤੁਹਾਨੂੰ ਦੱਸਣ ਜਾ ਰਿਹਾ, ਤੁੰਬੀ ਵਰਸਿਸ ਰਫਲਾ। ਇੱਕ ਬਹੁਤ ਵਿਲੱਖਣਤਾ ਵਾਲੀ ਗੱਲ ਹੈ, ਕਿਉਂਕਿ ਅੱਜ ਕੱਲ੍ਹ ਜੋ ਮਾਰ ਧਾੜ ਚੱਲ ਰਹੀ ਹੈ ਨਾ, ਅਤੇ
ਉਹਨਾਂ ਦੇ ਉਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਗਾਣਾ ਜਿਨ੍ਹਾਂ ਨੇ ਗਾਇਆ, ਜਿਨ੍ਹਾਂ ਦੀ ਬਦੌਲਤ ਮੈਂ ਉੱਡਦਾ, ਜਿਨ੍ਹਾਂ ਦੀ ਬਦੌਲਤ ਮੈਂ ਸਭ ਕੁਛ ਹਾਂ, ਮੇਰੇ ਗੁਰੂ ਜੀ ਜਨਾਬ ਭੋਲਾ ਯਮਲਾ ਜੀ, ਉਹਨਾਂ ਦਾ ਗਾਣਾ ਆ ਰਿਹਾ ਜੀ ਜਲਦੀ, ਤੂੰਬੀ ਵਰਸਿਜ਼ ਰਫਲਾਂ, ਅਤੇ ਸਾਰਿਆਂ ਨੇ ਸਪੋਰਟ ਕਰਨੀ ਆ, ਵੱਧ ਤੋਂ ਵੱਧ ਸ਼ੇਅਰ ਕਰਨਾ, ਜਿੰਨਾ ਵੀ ਹੋ ਸਕਦਾ ਸਾਰਿਆਂ ਨੇ ਪਿਆਰ ਸਤਿਕਾਰ ਦੇਣਾ, ਤੁਹਾਡੀ ਬਹੁਤ ਮਿਹਰਬਾਨੀ ਹੋਊਗੀ ਜੀ। ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਆਪਣੇ ਵੱਡੇ ਬਾਈ ਬਾਈ ਭੋਲਾ ਜੀ ਅੰਬਲਾ ਜੀ, ਉਹਨਾਂ ਦਾ ਇੱਕ ਨਵੇਂ ਯੁੱਗ ਦਾ ਆਗਾਜ਼ ਨਵਾਂ ਗੀਤ ਆ ਰਿਹਾ ਜੀ, ਯਮਲਿਆ ਤੇਰੀ ਤੂੰਬੀ ਛੱਡ ਕੇ ਰਫਲਾਂ ਫੜ ਲਈਆਂ ਗਾਇਕਾਂ ਨੇ। ਸੋ ਜੀ, ਇਸ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਵੱਧ ਤੋਂ ਵੱਧ ਸੁਣਿਓ, ਚੰਗੀ ਚੀਜ਼ ਨੂੰ ਪ੍ਰਮੋਟ ਕਰਿਓ, ਅੱਛੇ ਤਰੀਕੇ ਨਾਲ ਆਪਣੇ ਸਭ ਯਾਰਾਂ ਦੋਸਤਾਂ ਨੂੰ ਸੁਣਾਓ, ਆਪ ਵੀ ਸੁਣੋ। ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਜਸਪਾਲ ਸਿੰਘ, ਮੈਂ ਪੰਜਾਬ ਸਰਕਾਰ ਵਿੱਚ ਬਤੌਰ ਪ੍ਰਮੁੱਖ ਸਕੱਤਰ ਸੇਵਾਵਾਂ ਨਿਭਾ ਰਿਹਾ ਹਾਂ। ਜਿਵੇਂ ਆਪਾਂ ਜਾਣਦੇ ਹਾਂ, ਪੰਜਾਬੀ ਸੱਭਿਆਚਾਰ ਇੱਕ ਬਹੁਤ ਹੀ ਵਿਕਸਿਤ ਅਤੇ ਪੁਰਾਣਾ ਸੱਭਿਆਚਾਰ ਹੈ। ਸਾਡਾ ਸਾਹਿਤ, ਸਾਡੇ ਲੋਕ ਗੀਤ, ਸਾਡੀਆਂ ਲੋਕ ਕਲਾਵਾਂ ਬਹੁਤ ਹੀ ਵਿਕਸਿਤ ਹਨ। ਪਰੰਤੂ ਪਿੱਛੇ ਜਿਹੇ ਦੇਖਣ ਵਿੱਚ ਆਇਆ ਹੈ ਕਿ ਸੰਗੀਤ ਦੇ ਖੇਤਰ ਵਿੱਚ ਕੁਝ ਨਾਪੱਖੀ ਰੁਝਾਨ ਵੀ ਪੈਦਾ ਹੋ ਗਏ ਨੇ। ਮੈਨੂੰ ਇਹ ਦੱਸਦਿਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਬਾਈ ਭੋਲਾ ਜਮਲਾ ਜੀ ਨੇ ਇੱਕ ਗਾਣਾ ਲਿਆਉਣ ਦਾ ਉਪਰਾਲਾ ਕੀਤਾ ਹੈ। ਇਸ ਦਾ ਟਾਈਟਲ ਹੈ ਰਫਲਾਂ ਵਰਸਸ ਤੂੰਬੀ। ਮੈਂ ਸਮਝਦਾ ਹਾਂ ਕਿ ਇਹ ਇੱਕ ਬਹੁਤ ਹੀ ਚੰਗਾ ਉਪਰਾਲਾ ਹੈ, ਸਮਾਜ ਨੂੰ ਇਸ ਤੋਂ ਸਿਹਤ ਮਿਲੇਗੀ, ਔਰ ਜਿੱਥੇ ਸਮਾਜ ਨੂੰ ਸਿਹਤ ਮਿਲੇਗੀ, ਮੈਂ ਸਮਝਦਾ ਕਿ ਜਿਹੜੇ ਨੌਜਵਾਨ ਕਲਾਕਾਰ ਕੁਛ ਭਟਕ ਚੁੱਕੇ ਨੇ ਉਹਨਾਂ ਨੂੰ ਵੀ ਇਸ ਤੋਂ, ਇਸ ਉਪਰਾਲੇ ਤੋਂ ਅੱਛੀ ਸਿਹਤ ਮਿਲੇਗੀ। ਮੈਂ ਜਮਲਾ ਜੀ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦਾ ਹਾਂ। ਉਸਤਾਦ ਲਾਲਚੰਦ ਯਮਲਾ ਜੱਟ ਦੀ ਮਿੱਠੀ ਆਵਾਜ਼ ਦੇ ਵਿੱਚ ਇੱਕ ਗੀਤ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ ਸੁਣਿਆ ਸੀ ਜਦ, ਤਾਂ ਇੱਕ ਸਤਰ ਮੈਨੂੰ ਬਾਰ ਬਾਰ ਹਲਾਉਂਦੀ ਹੈ, ਜਗਾਉਂਦੀ ਹੈ, ਜਿਸ 'ਚੋਂ ਆਖਦੇ ਨੇ ਕਿ ਯਮਲੇ ਜੱਟ ਦੀ ਤੂੰਬੀ ਤੈਨੂੰ ਵਾਜਾਂ ਮਾਰਦੀ, ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ। ਮੈਨੂੰ ਲੱਗਦਾ ਕਿ ਉਹ ਤੰਦ ਜਿਹੜੀ ਪਰੋਣ ਵਾਲੀ ਤੰਦ ਹੈ, ਉਹ ਜਿਹੜੀ ਤੂੰਬੀ ਦੀ ਤਾਰ ਹੈ ਜਿਹੜੀ ਸਾਡੇ ਸਾਹਾਂ ਸਵਾਸਾਂ ਨੂੰ ਇੱਕ ਥਾਂ ਦੇ ਉੱਤੇ ਵਿਖੰਡਿਤ ਬਿਰਤੀਆਂ ਨੂੰ ਇਕੱਠੀਆਂ ਕਰਦੀ ਹੈ, ਉਸ ਨੂੰ ਦੁਬਾਰਾ ਪੁਨਰ ਸੁਰਜੀਤ ਕਰਨ 'ਚ ਭੋਲਾ ਯਮਲਾ ਨੇ ਹਿੰਮਤ ਕੀਤੀ ਹੈ। ਭੋਲਾ ਯਮਲਾ ਦਾ ਗੀਤ ਹਥਿਆਰਾਂ ਦੇ ਖਿਲਾਫ ਇੱਕ ਉਹ ਚਿਰਾਗ ਵਰਗੀ ਗੱਲ ਹੈ ਜਿਹੜੀ ਤੂੰਬੀ ਦੀ ਟੁਨਕਾਰ ਨਾਲ ਉਸਨੇ ਪੇਸ਼ ਕੀਤਾ। ਉਸ ਦੀ ਆਵਾਜ਼ ਵਿੱਚ ਲਾਜ਼ਮੀ ਤੌਰ 'ਤੇ ਅੰਦਾਜ਼ ਯਮਲਾ ਜੀ ਵਾਲਾ ਹੋਏਗਾ ਕਿ ਉਹਨਾਂ ਦਾ ਸ਼ਾਗਿਰਦ ਹੈ ਉਹ। ਔਰ ਮੈਨੂੰ ਚੰਗਾ ਲੱਗਿਆ ਇਸ ਗੱਲ ਕਰਕੇ ਵੀ ਕਿ ਇਸ ਕਲਯੁੱਗ ਦੇ ਵਾਰੇ ਪੈਰੇ ਦੇ ਵਿੱਚ ਉਸਨੇ ਇੱਕ ਦੀਵਾ ਬਾਲਣ ਦੀ ਹਿੰਮਤ ਕੀਤੀ ਹੈ, ਜਦ ਅਸੀਂ ਸਾਰੇ ਹੀ ਸਰਾਣੇ ਬਾਂਹ ਦੇ ਕੇ ਸੁੱਤੇ ਹੋਏ ਹਾਂ ਅਸ਼ਲੀਲਤਾ ਦੇ ਖਿਲਾਫ, ਹਥਿਆਰਾਂ ਦੇ ਖਿਲਾਫ, ਸਾਡੇ ਪੁੱਤਰ ਕੁਰਾਹੇ ਪਏ ਹੋਏ ਨੇ, ਮੰਡੀ ਉਹਨਾਂ ਨੂੰ ਆਪਣੇ ਰਾਹ ਤੋਰ ਰਹੀ ਹੈ। ਸੋ ਇਸ ਨਾਲ ਮੈਨੂੰ ਲੱਗਦਾ ਕਿ ਪੁੱਤਰਾਂ ਦੇ ਘਰ ਪਰਤਣ ਦਾ ਵੀ ਰਾਹ ਪੱਧਰਾ ਹੋਵੇਗਾ। ਪੰਜਾਬ ਦੇ ਵਿੱਚ ਨੌਜਵਾਨਾਂ ਵਿੱਚ ਹਥਿਆਰਾਂ ਪ੍ਰਤੀ ਜੋ ਰੁਝਾਨ ਵਧਿਆ ਹੈ, ਮੇਰੇ ਮੁਤਾਬਕ ਉਸ ਵਿੱਚ ਪੰਜਾਬ ਦੇ ਜੋ ਗੀਤ ਹੈ, ਪੰਜਾਬ ਦੇ ਜੋ ਲੋਕ ਗਾਣੇ ਗਾਉਂਦੇ ਹੈ, ਉਹਨਾਂ ਕਰਕੇ ਵੀ ਇਸ ਚੀਜ਼ ਦਾ ਬਹੁਤ ਰੁਝਾਨ ਵਧਿਆ। ਔਰ ਜਿੱਥੋਂ ਤੱਕ ਪੰਜਾਬ ਦੇ ਵਿੱਚ ਨੌਜਵਾਨ ਜੋ ਪੀੜ੍ਹੀ ਗੈਂਗਸਟਰ ਬਣ ਗਈ ਹੈ, ਉਹ ਵੀ ਗੀਤਾਂ ਰਾਹੀਂ ਬਹੁਤ ਜ਼ਿਆਦਾ ਨੌਜਵਾਨ ਪ੍ਰੇਰਿਤ ਹੋਏ ਹੈ। ਪਰ ਇੱਕ ਮੇਰਾ ਵੀਰ ਭੋਲਾ ਜਮਲਾ, ਜੋ ਕਿ ਬਹੁਤ ਹੀ ਵਧੀਆ ਸੋਨੇ ਵਰਗੇ ਦਿਲ ਦਾ ਮਾਲਕ ਹੈ, ਉਸਨੇ ਹਮੇਸ਼ਾ ਪੰਜਾਬ ਲਈ, ਪੰਜਾਬੀ ਸੱਭਿਆਚਾਰ ਲਈ ਅਤੇ ਪੰਜਾਬ ਦੇ ਲੋਕਾਂ ਲਈ ਬਹੁਤ ਵਧੀਆ ਗਾਇਆ ਹੈ। ਅੱਜ ਉਹ ਇੱਕ ਨਵਾਂ
ਗੀਤ ਨਵਾਂ ਪ੍ਰੋਜੈਕਟ ਲੈ ਕੇ ਆ ਰਿਹਾ ਤੁੰਬੀ ਵਰਸਸ ਰਫਲਾਂ, ਜਿੱਥੋਂ ਕਿ ਸਾਬਤ ਹੋ ਜਾਏਗਾ ਕਿ ਰਫਲਾਂ ਦੇ ਨਾਲ ਨੌਜਵਾਨ ਪੀੜ੍ਹੀ ਕੁਰਾਹੇ ਪੈਂਦੀ ਹੈ ਅਤੇ ਤੁੰਬੀ ਨਾਲ ਜਿਹੜਾ ਸਾਡਾ ਪੰਜਾਬ ਦਾ ਵਿਰਸਾ, ਪੰਜਾਬ ਦਾ ਸੱਭਿਆਚਾਰ, ਪੰਜਾਬ ਦਾ ਕਲਚਰ ਉਹ ਜ਼ਿੰਦਾ ਰਹਿ ਸਕਦਾ ਹੈ। ਮੈਂ ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ, ਪਰਉਪਕਾਰੀ ਸੰਸਥਾਵਾਂ ਦਾ ਬਤੌਰ ਸਟੇਟ ਕੋਆਰਡੀਨੇਟਰ ਹੋਣ ਦੇ ਨਾਤੇ ਜੰਮਲਾ ਜੀ ਨੂੰ ਇਸ ਗੱਲ ਦੀ ਵਧਾਈ ਦਿੰਦਾ ਔਰ ਮੈਂ ਪਰਮਾਤਮਾ ਪਾਸੋਂ ਕਾਮਨਾ ਕਰਦਾ ਕਿ ਉਹਨਾਂ ਦੀ ਇਹ ਜੋ ਪ੍ਰੋਜੈਕਟ ਹੈ, ਉਹਨਾਂ ਜੋ ਗੀਤ ਹੈ ਉਹ ਦੂਰ ਤੱਕ ਪਹੁੰਚੇ। ਔਰ ਤੁਹਾਨੂੰ ਸਾਰਿਆਂ ਨੂੰ ਵੀ ਬੇਨਤੀ ਕਰਦਾ ਕਿ ਅਗਰ ਅਸੀਂ ਆਪਾਂ ਪੰਜਾਬ ਦੇ ਵਿਰਸੇ ਨੂੰ ਬਚਾਉਣਾ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਬਹੁਤ ਬਹੁਤ ਧੰਨਵਾਦ ਦੋਸਤੋ। ਬਾਈ ਭੋਲਾ ਜੰਮਲਾ ਪੰਜਾਬੀ ਗਾਇਕੀ ਦਾ ਸੁਰੀਲਾ ਗਾਇਕ ਹੈ, ਉਹਨੇ ਕੰਮ ਵੀ ਸੁਰੀਲਾ ਕੀਤਾ। ਇੱਕ ਖੂਬਸੂਰਤ ਗੀਤ ਤੁਹਾਡੀ ਕਚਹਿਰੀ ਦੇ ਵਿੱਚ ਇਸ ਵੇਲੇ ਉਹਨੇ ਪੇਸ਼ ਕੀਤਾ, ਯਮਲਿਆ ਤੇਰੀ ਤੁੰਬੀ ਛੱਡ ਕੇ ਰਫਲਾਂ ਚੱਕ ਲਈਆਂ ਗਾਇਕਾਂ ਨੇ, ਤੁੰਬੀ ਵਰਸੇ ਰਫਲਾਂ। ਇਹ ਗੀਤ ਹੈ ਕੁਲਦੀਪ ਬਰਾੜ ਦਾ ਲਿਖਿਆ। ਔਰ ਮੈਂ ਸਮਝਦਾ ਵੀ ਹਾਂ ਕਿ ਕਿਸੇ ਨੂੰ ਨਿੰਦਣ ਨਾਲੋਂ ਜਾਂ ਕਿਸੇ ਨੂੰ ਮਾੜਾ ਕਹਿਣ ਨਾਲੋਂ ਕਿਸੇ ਖੇਤਰ ਵਿੱਚ ਆਪ ਚੰਗਾ ਕੰਮ ਕਰ ਦੇਣਾ ਹੀ ਇੱਕ ਸਾਰਥਕ ਕਦਮ ਹੁੰਦਾ। ਇਸ ਘੁੱਪ ਹਨੇਰੇ ਨੂੰ, ਇਸ ਚਾਰ ਚੁਫੇਰੇ ਨੂੰ ਕੋਸਣ ਤੋਂ ਚੰਗਾ ਹੈ ਇੱਕ ਦੀਪ ਜਗਾ ਦੇਈਏ। ਸੋ ਬਾਈ ਜੀ ਨੇ ਪੰਜਾਬੀ ਸੰਗੀਤ ਖੇਤਰ ਦੇ ਵਿੱਚ ਇੱਕ ਦੀਪ ਜਗਾਇਆ ਔਰ ਮੈਂ ਬਾਈ ਜੀ ਨੂੰ ਇਸ ਗੱਲ ਦੀਆਂ ਮੁਬਾਰਕਬਾਦ ਪੇਸ਼ ਕਰਦਾ। ਔਰ ਇਸ ਤਰ੍ਹਾਂ ਦੇ ਕੰਮ ਹੈ ਜਿਹੜੇ ਉਹ ਪੰਜਾਬੀ ਸੰਗੀਤ ਦੇ ਵਿੱਚ ਹੋਣੇ ਚਾਹੀਦੇ ਆ। ਬਹੁਤ ਬਹੁਤ ਵਧਾਈਆਂ ਬਾਈ ਜੀ, ਤੁਸੀਂ ਇਹ ਚੰਗਾ ਕੰਮ ਕੀਤਾ, ਤੁਹਾਨੂੰ ਔਰ ਲੇਖਕ ਬਰਾੜ ਸਾਹਿਬ ਨੂੰ ਔਰ ਇਹ ਸੰਗੀਤ ਪੇਸ਼ ਕਰਨ ਵਾਲੀ ਇਸ ਜਿਹੜੀ ਸਮੁੱਚੀ ਟੀਮ ਹੈ ਤੁਹਾਡੀ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਨਿਰਮਲ ਸਿੱਧੂ। ਸੋ ਬਹੁਤ ਹੀ ਜ਼ਿਆਦਾ ਮੁਬਾਰਕਬਾਦ ਦੇਣੀ ਚਾਹੂੰਗਾ ਸਾਡਾ ਬਹੁਤ ਹੀ ਛੋਟਾ, ਪਿਆਰਾ ਅਤੇ ਸੁਰੀਲਾ ਆਰਟਿਸਟ ਭੋਲਾ ਯਮਲਾ, ਜਿਨ੍ਹਾਂ ਦਾ ਨਵਾਂ ਟਰੈਕ ਕੁਛ ਦਿਨਾਂ ਬਾਅਦ ਆਪਣੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਰਿਲੀਜ਼ ਹੋਣ ਜਾ ਰਿਹਾ, ਰਫਲਾਂ ਵਰਸਿਸ ਤੁੰਬੀ। ਦੋਸਤੋ, ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਦਾ ਜਿਹੜਾ ਸਾਡਾ ਪੰਜਾਬੀ ਸੰਗੀਤ ਹੈ ਉਹ ਕਿਸ ਦਿਸ਼ਾ ਨੂੰ ਜਾ ਰਿਹਾ ਹੈ, ਔਰ ਬਹੁਤ ਹੀ ਅੱਛੀ ਸ਼ੁਰੂਆਤ ਹੈ ਭੋਲਾ ਜੀ ਨੇ ਕੀਤੀ ਕਿ ਉਸ ਮਾਹੌਲ ਦੇ ਵਿੱਚ ਅਸੀਂ ਤੁੰਬੀ ਦੀ ਗੱਲ ਕਰੀਏ, ਕਿਉਂਕਿ ਕਲਾਕਾਰਾਂ ਦਾ ਸੰਬੰਧ ਸੰਗੀਤ ਨਾਲ ਔਰ ਸੰਗੀਤ ਦਾ ਸੰਬੰਧ ਇੰਸਟਰੂਮੈਂਟ ਨਾਲ ਹੁੰਦਾ ਹੈ ਔਰ ਪੰਜਾਬੀਆਂ ਦਾ ਸੰਬੰਧ ਜਿਹੜਾ ਉਹ ਤੁੰਬੀ ਨਾਲ ਹੈ। ਸੋ ਉਸ ਤੁੰਬੀ ਰਾਹੀਂ ਇੱਕ ਤਰ੍ਹਾਂ ਦੀ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਮੇਰੇ ਵੱਲੋਂ ਭੋਲਾ ਜਮਲਾ ਜੀ ਨੂੰ ਔਰ ਉਹਨਾਂ ਦੀ ਸਾਰੀ ਟੀਮ ਨੂੰ ਲੱਖ ਲੱਖ ਮੁਬਾਰਕਾਂ ਹੋਣ, ਅਤੇ ਇਹ ਬਹੁਤ ਅੱਛਾ ਉਪਰਾਲਾ ਇਹਨਾਂ ਨੇ ਕੀਤਾ, ਅਤੇ ਉਮੀਦ ਕਰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਗਾਣਾ ਪਸੰਦ ਆਏਗਾ ਕਿਉਂਕਿ ਟਾਈਟਲ ਹੀ ਬੜਾ ਖੂਬਸੂਰਤ ਹੈ। ਸੋ ਪੂਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਅਤੇ ਬੇਨਤੀ ਕਰੂੰਗਾ ਸਾਰੇ ਸਰੋਤਿਆਂ ਨੂੰ ਕਿ ਇਸ ਗਾਣੇ ਨੂੰ ਲਾਜ਼ਮੀ ਆਪਾਂ ਸੁਣਨਾ, ਦੇਖਣਾ ਅਤੇ ਆਪਣੇ ਸੱਜਣਾ ਮਿੱਤਰਾਂ ਯਾਰਾਂ ਦੋਸਤਾਂ ਨੂੰ ਇਹ ਗਾਣਾ ਸੁਣਾਉਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਕਾਰ, ਮੈਂ ਹਾਂ ਤੁਹਾਡਾ ਆਪਣਾ ਕੰਠ ਕਲੀਅਰ। ਦੋਸਤੋ, ਤੁੰਬੀ ਨਾਲ ਗਾਉਣ ਵਾਲੇ ਔਰ ਤੁੰਬੀ ਦੀ ਖੋਜ ਕਰਨ ਵਾਲੇ ਉਸਤਾਦ ਜਮਲਾ ਜੱਟ ਜੀ, ਉਹਨਾਂ ਨੇ ਤੁੰਬੀ ਨਾਲ ਗਾ ਕੇ ਸਾਰੀ ਦੁਨੀਆ ਦਾ ਦਿਲ ਜਿੱਤਿਆ। ਹੁਣ ਉਹਨਾਂ ਦੀ ਗਾਇਕੀ ਨੂੰ ਬਰਕਰਾਰ ਰੱਖਦੇ ਹੋਏ, ਉਹਨਾਂ ਦੀ ਵਿਰਾਸਤ ਨੂੰ ਅੱਗੇ ਤੋਰਦੇ ਹੋਏ ਭੋਲਾ ਜਮਲਾ ਜੀ ਆਪਣਾ ਨਵਾਂ ਗੀਤ ਲੈ ਕੇ ਆ ਰਿਹਾ ਜੀ, ਔਰ ਗੀਤ ਦਾ ਨਾਂ ਆ ਤੁੰਬੀ ਵਰਸਸ ਰਫਲਾਂ। ਸੋ ਮੇਰੇ ਵੱਲੋਂ ਬਹੁਤ ਸਾਰੀਆਂ ਵਧਾਈਆਂ, ਬਹੁਤ ਸਾਰੀਆਂ ਮੁਬਾਰਕਾਂ ਭੋਲਾ ਜਮਲਾ ਜੀ ਨੂੰ ਕਿ ਆਪਣੇ ਉਸਤਾਦ ਦੀ, ਆਪਣੇ ਪਿਤਾ ਜੀ ਦੀ ਜਿਹੜੀ ਵਿਰਾਸਤ ਆ, ਗਾਇਕੀ ਆ, ਉਹਨੂੰ ਅੱਗੇ ਤੋਰ ਰਹੇ ਨੇ। ਸੋ ਮੇਰੇ ਵੱਲੋਂ ਇੱਕ ਵਾਰੀ ਫਿਰ ਤੋਂ ਬਹੁਤ ਸਾਰੀਆਂ ਵਧਾਈਆਂ, ਬਹੁਤ ਸਾਰੀਆਂ ਮੁਬਾਰਕਾਂ, ਔਰ ਤੁਸੀਂ ਸਾਰਿਆਂ ਨੂੰ ਦੱਬ ਕੇ ਸਪੋਰਟ ਕਰਨੀ ਆ, ਦੱਬ ਕੇ ਸ਼ੇਅਰ ਕਰਨਾ। ਥੈਂਕ ਯੂ ਐਂਡ ਲਵ ਯੂ ਆਲ। ਥੈਂਕ ਯੂ।
ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਮਾਸ਼ਾ ਅਲੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਬਹੁਤ ਹੀ ਸੁਰੀਲੇ ਵੱਡੇ ਭਾਈ ਬਾਈ ਭੋਲਾ ਜਮਲਾ ਜੀ, ਉਹਨਾਂ ਦਾ ਗਾਣਾ ਆ ਰਿਹਾ ਜੀ ਤੁੰਬੀ ਵਰਸਿਜ਼ ਰਫਲਾਂ। ਨਵੀਂ ਪੀੜ੍ਹੀ ਨੂੰ ਨਵੀਂ ਸੇਧ ਦੇਣ ਲਈ ਨਵਾਂ ਗਾਣਾ, ਇਸ ਗਾਣੇ ਨੂੰ ਸੁਣਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਔਰ ਇੰਨੇ ਵੱਡੇ ਉਪਰਾਲੇ ਲਈ ਬਾਈ ਭੋਲਾ ਜਮਲਾ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ। ਤੁਸੀਂ ਸਾਰੇ ਜਣੇ ਸੁਣਿਓ ਤੁੰਬੀ ਵਰਸਿਜ਼ ਰਫਲਾਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਹੈਰੀ ਸਚਦੇਵਾ ਔਰ ਸਾਰੇ ਹੀ ਮੇਰੇ ਬਹੁਤ ਹੀ ਪਿਆਰੇ ਫਰੈਂਡ, ਮੇਰੇ ਦੋਸਤ, ਮੇਰੇ ਹਮ ਸਫ਼ਰ ਸਾਰਿਆਂ ਨੂੰ ਇੱਕ ਬਹੁਤ ਹੀ ਪਿਆਰ ਭਰੀ ਬੇਨਤੀ ਹੈ ਕਿ ਬਾਈ ਭੋਲਾ ਯਮਲਾ ਜੀ, ਜੋ ਕਿ ਬਹੁਤ ਹੀ ਵਧੀਆ ਸਿੰਗਰ ਨੇ, ਬਹੁਤ ਹੀ ਪਿਆਰੀ ਆਵਾਜ਼ ਹੈ ਔਰ ਜਦੋਂ ਵੀ ਕੋਈ ਉਹ ਮੈਸੇਜ ਦਿੰਦੇ ਨੇ, ਸੰਦੇਸ਼ ਦਿੰਦੇ ਨੇ ਸਾਡੇ ਬੱਚਿਆਂ ਲਈ, ਸਾਡੇ ਸਮਾਜ ਦੀ ਇੱਕ ਸੇਧ ਦੇਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਉਹ, ਔਰ ਉਹਨਾਂ ਨੇ ਅੱਜ ਕੱਲ੍ਹ ਇੱਕ ਸੌਂਗ ਤੁੰਬੀ ਵੀ ਐੱਸ ਰਫਲਾਂ, ਉਹਨਾਂ ਦਾ ਸੌਂਗ ਰਿਲੀਜ਼ ਹੋਣ ਜਾ ਰਿਹਾ। ਸੋ ਉਹਨਾਂ ਨੂੰ, ਸਾਰੇ ਮੇਰੇ ਪਿਆਰੇ ਦੋਸਤ, ਸਾਰੀ ਆਡੀਅੰਸ ਦੀ ਉਹਨਾਂ ਨੂੰ ਸਪੋਰਟ ਦੀ ਜ਼ਰੂਰਤ ਹੈ। ਸੋ ਦੱਬ ਕੇ ਸ਼ੇਅਰ ਕਰੋ, ਗਾਣਾ ਜ਼ਰੂਰ ਸੁਣੋ, ਬਹੁਤ ਸੋਹਣਾ ਸੌਂਗ ਹੈ ਔਰ ਬਹੁਤ ਵਧੀਆ ਗਾਇਆ ਉਹਨਾਂ ਨੇ। ਅੱਜ ਕੱਲ੍ਹ ਦੇ ਜੋ ਲੱਚਰ ਮੇਰੇ ਵੀਰ ਸਿੰਗਰ ਨੇ, ਜਿਹੜੇ ਸਾਡੇ ਨਵੀਂ ਆਉਣ ਵਾਲੀ ਜਨਰੇਸ਼ਨ ਜਾਂ ਜਨਰੇਸ਼ਨ ਹੈ, ਉਹਨਾਂ ਨੂੰ ਇੱਕ ਗਲਤ ਰਾਹਾਂ 'ਤੇ ਤੋਰ ਰਹੇ ਹੈ, ਗੰਦੇ ਭੱਦੇ ਗੀਤ ਗਾ ਕੇ, ਰਫਲਾਂ, ਨਸਲਾ, ਨਸ਼ਾ, ਫਲਾਣਾ, ਟਮਕਾਣਾ, ਔਰ ਇਟਸ ਦਾ ਵੈਰੀ ਬੈਡ। ਸੋ ਬਾਈ ਭੋਲਾ ਯਮਲਾ ਦੀ ਇੱਕ ਬਹੁਤ ਹੀ ਨਿਮਾਣੀ ਜੀ ਕੋਸ਼ਿਸ਼ ਤੁਹਾਡੇ ਸਰੋਤਿਆਂ ਦੇ ਵਾਸਤੇ ਪੇਸ਼ ਕਰਨ ਜਾ ਰਹੇ ਨੇ। ਸੋ ਉਹਨਾਂ ਨੂੰ ਜ਼ਰੂਰ ਦੱਬ ਕੇ ਸ਼ੇਅਰ ਕਰੋ ਔਰ ਸੁਣੋ ਵੀ, ਤੁਹਾਡੇ ਸਾਰੇ ਆਡੀਅੰਸ ਦੇ ਨਾਲ ਹੀ ਸਿੰਗਰ ਅਤੇ ਤੁਹਾਡੇ ਹੀ ਮਨੋਰੰਜਨ ਲਈ ਸਾਰਾ ਕੁਛ ਇਹ ਸਾਡੇ ਕਲਾਕਾਰ ਸਿੰਗਰ ਕਰਦੇ ਰਹਿੰਦੇ ਨੇ। ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇਸ ਗਾਣੇ ਨੂੰ ਜ਼ਰੂਰ ਸ਼ੇਅਰ ਕਰੋ। ਸੋ ਥੈਂਕ ਯੂ ਵੈਰੀ ਮੱਚ, ਸਾਰਿਆਂ ਨੂੰ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਹੈਰੀ ਸਚਦੇਵਾ ਵੱਲੋਂ ਸਾਰਿਆਂ ਨੂੰ ਨਮਸਕਾਰ, ਜਿਉਂਦੇ ਵਸਦੇ ਰਹੋ। ਨਮਸਕਾਰ, ਆਦਾਬ, ਅਸਲਾਮ ਅਲੈਕੁਮ ਸਾਰਿਆਂ ਨੂੰ ਔਰ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਸੰਗੀਤ ਦੇ ਬਾਬਾ ਬੋੜ ਜੀ ਬਾਪੂ ਯਮਲਾ ਜੱਟ ਜੀ ਅਤੇ ਉਹਨਾਂ ਦੀ ਫੈਮਿਲੀ ਦੇ ਵਿੱਚੋਂ ਬੜੇ ਰਿਸਪੈਕਟਡ ਭੋਲਾ ਯਮਲਾ ਜੀ ਤੁਹਾਡੇ ਸਾਹਮਣੇ ਇੱਕ ਆਪਣਾ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਨੇ, ਤੁੰਬੀ ਵਰਸਿਸ ਰਫਲਾਂ। ਤੋ ਤੁਸੀਂ ਸਮਝ ਸਕਦੇ ਹੋ ਕਿ ਗਾਣੇ ਦੇ ਟਾਈਟਲ ਦੇ ਵਿੱਚ ਹੀ ਐਡਾ ਵੱਡਾ ਵਧੀਆ ਮੈਸੇਜ ਹੈ। ਸੋ ਸਾਰੇ ਜਾਣੇ ਨੇ ਸ਼ੇਅਰ ਕਰਨਾ ਹੈ, ਸਪੋਰਟ ਕਰਨੀ ਹੈ। ਸੋ ਥੈਂਕ ਯੂ ਬਾਬਿਓ। ਸਤਿ ਸ਼੍ਰੀ ਅਕਾਲ ਜੀ, ਆਪਣੇ ਵੱਡੇ ਬਾਈ ਬਾਈ ਭੋਲਾ ਯਮਲਾ ਜੀ, ਉਹਨਾਂ ਦਾ ਇੱਕ ਨਵੇਂ ਯੁੱਗ ਦਾ ਆਗਾਜ਼ ਨਵਾਂ ਗੀਤ ਆ ਰਿਹਾ ਜੀ, ਯਮਲਿਆ ਤੇਰੀ ਤੁੰਬੀ ਛੱਡ ਕੇ ਰਫਲਾਂ ਫੜ ਲਈਆਂ ਗਾਇਕਾਂ ਨੇ। ਸੋ ਜੀ, ਇਸ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਵੱਧ ਤੋਂ ਵੱਧ ਸੁਣਿਓ, ਚੰਗੀ ਚੀਜ਼ ਨੂੰ ਪ੍ਰਮੋਟ ਕਰਿਓ ਅੱਛੇ ਤਰੀਕੇ ਨਾਲ, ਆਪਣੇ ਸਭ ਯਾਰਾਂ ਦੋਸਤਾਂ ਨੂੰ ਸੁਣਾਓ, ਆਪ ਵੀ ਸੁਣੋ। ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਮੀਤ ਬਰਾੜ। ਸੋ ਵੱਡੇ ਬਾਈ ਭੋਲਾ ਯਮਲਾ ਜੀ ਦਾ ਬਿਲਕੁਲ ਨਵਾਂ ਗੀਤ ਰਿਲੀਜ਼ ਹੋਣ ਲੱਗਾ ਜੀ, ਤੁੰਬੀ ਵਰਸਿਜ਼ ਰਫਲਾਂ। ਸੋ ਬਹੁਤ ਅੱਛਾ ਗੀਤ ਹੈ ਅਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਵੱਧ ਤੋਂ ਵੱਧ ਸਪੋਰਟ ਕਰਨੀ ਹੈ, ਵੱਧ ਤੋਂ ਵੱਧ ਸ਼ੇਅਰ ਕਰਨਾ। ਸੋ ਬਹੁਤ ਅੱਛਾ ਗੀਤ ਹੈ ਤੁੰਬੀ ਵਰਸਿਜ਼ ਰਫਲਾਂ, ਬਾਈ ਭੋਲਾ ਯਮਲਾ ਜੀ ਜਿਨ੍ਹਾਂ ਨੇ ਗਾਇਆ, ਅਤੇ ਤੁਸੀਂ ਵੱਧ ਤੋਂ ਵੱਧ ਸਪੋਰਟ ਕਰਨੀ ਹੈ, ਵੱਧ ਤੋਂ ਵੱਧ ਸ਼ੇਅਰ ਕਰਨਾ। ਸੋ ਥੈਂਕ ਯੂ ਸੋ ਮੱਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਅਕਰਮ ਖਾਨ ਅਤੇ ਜੀ ਇੱਕ ਗਾਣਾ ਆ ਰਿਹਾ ਸਾਡੇ ਵੱਡੇ ਭਾਅ ਜੀ ਭੋਲਾ ਜਮਲਾ ਜੀ ਦਾ। ਮੈਂ ਤੁਹਾਨੂੰ ਪਤਾ ਵੀ ਮੈਂ ਜਿੰਨੇ ਵੀ ਗਾਣੇ ਸ਼ੇਅਰ ਕਰਦਾ ਜਾਂ ਆਪਣੀ ਆਈ ਡੀ ਤੋਂ ਜਿੰਨੇ ਵੀ ਲਿੰਕ ਮੈਂ ਸ਼ੇਅਰ ਕਰਦਾ, ਉਹਨਾਂ ਦਾ ਕਨਸੈਪਟ ਤੁਹਾਡੇ ਪਰਿਵਾਰ ਦੇ ਵਿੱਚ ਬੈਠ ਕੇ ਦੇਖਣ ਵਾਲੇ ਹੁੰਦੇ ਹੈਗੇ। ਇਹ ਵੀ ਇਹਨਾਂ ਦਾ ਗਾਣਾ ਵੀ ਬਹੁਤ ਸੱਭਿਆਚਾਰਕ ਔਰ ਸੁਰੀਲਾ ਗਾਣਾ ਹੈਗਾ, ਮੇਨ ਗੱਲ ਕੀ ਵੀ ਬਹੁਤ ਸੁਰੀਲਾ ਗਾਉਂਦੇ ਨੇ ਬਾਈ ਜੀ।
ਅਤੇ ਤੁਸੀਂ ਜਿੰਨੇ ਵੀ ਮੇਰੇ ਯਾਰ ਦੋਸਤ ਮਿੱਤਰ ਹੋ, ਸੋ ਸਾਰਿਆਂ ਨੂੰ ਦਿਲੋਂ ਰਿਕੁਐਸਟ ਆ ਵੀ ਸਾਰੇ ਜਾਣੇ ਬਾਈ ਦਾ ਯੂਟਿਊਬ 'ਤੇ ਲਿੰਕ ਚੈੱਕ ਕਰਿਓ ਔਰ ਸ਼ੇਅਰ ਕਰਿਓ, ਪ੍ਰਮੋਟ ਕਰਿਓ। ਥੈਂਕ ਯੂ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਵੀਰ, ਪੰਜਾਬੀ ਲੋਕ ਗਾਇਕ ਵੀਰ ਰਘਵੀਰ, ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਉਸਤਾਦ ਲੋਕ ਬਾਈ ਭੋਲਾ ਯਮਲਾ ਜੀ ਦਾ ਨਵਾਂ ਸੌਂਗ ਆ ਰਿਹਾ ਤੂੰਬੀ ਵਰਸਿਸ ਰਫਲਾਂ, ਜੋ ਕਿ ਬਹੁਤ ਹੀ ਵਧੀਆ। ਤੁਹਾਡੇ ਮੂਹਰੇ ਬੇਨਤੀ ਕਰਦੇ ਹਾਂ ਕਿ ਇਸ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸਪੋਰਟ ਕਰੋ ਜੀ। ਧੰਨਵਾਦ ਜੀ। ਪਿਆਰੇ ਦੋਸਤੋ, ਮੇਰੇ ਵੱਲੋਂ ਯਾਨੀ ਗੁਰਸੇਵਕ ਮਾਨ ਵੱਲੋਂ ਆਪ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਮੇਰੇ ਬਹੁਤ ਪਿਆਰੇ ਦੋਸਤ ਔਰ ਬਹੁਤ ਹੀ ਅੱਛੇ ਗਾਇਕ ਬਾਈ ਭੋਲਾ ਜਮਲਾ ਜੀ ਇੱਕ ਐਸਾ ਗੀਤ ਤੂੰ ਵੀ ਵਰਸਤ ਰਫਲਾਂ ਆਪ ਜੀ ਦੀ ਝੋਲੀ ਵਿੱਚ ਪਾਉਣ ਜਾ ਰਹੇ ਹਨ, ਜਿਸ ਦੇ ਬੋਲ ਮੈਂ ਸੁਣੇ ਹਨ। ਮੇਰਾ ਜਿਹੜਾ ਮਨ ਹੈ ਬੜਾ ਪ੍ਰਸੰਨ ਹੋਇਆ ਹੈ ਔਰ ਮੇਰੀ ਉਮੀਦ ਹੈ ਕਿ ਆਪ ਵੀ ਇਸ ਗੀਤ ਨੂੰ ਜ਼ਰੂਰ ਸੁਣੋਗੇ ਔਰ ਅੱਗੇ ਵੀ ਸ਼ੇਅਰ ਕਰੋਗੇ। ਔਰ ਇੱਕ ਮੇਰੀ ਮੁਰਾਦ ਹੈ ਕਿ ਸਰੋਤਿਆਂ ਅੱਗੇ ਕਿ ਅੱਛੇ ਗਾਣੇ ਸੁਣੋ ਔਰ ਅੱਛੇ ਕਲਾਕਾਰਾਂ ਨੂੰ ਅੱਗੇ ਲੈ ਕੇ ਆਓ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਮਨਿੰਦਰ ਮੋਗਾ ਅਤੇ ਮੇਰੇ ਬਹੁਤ ਹੀ ਸਤਿਕਾਰਯੋਗ ਅਤੇ ਮੇਰੇ ਵੱਡੇ ਬਾਈ ਜੀ ਬਾਈ ਭੋਲਾ ਯਮਲਾ ਜੀ ਦਾ ਗੀਤ ਰਿਲੀਜ਼ ਹੋਇਆ ਅਸਲਾ ਵਰਸਿਸ ਤੂੰਬੀ। ਸਾਡੇ ਵੱਡੇ ਬਾਈ ਜੀ ਗੁਲਜ਼ਾਰ ਮਦੀਨਾ ਜੀ ਵੀ ਇਸ ਗੀਤ ਨੂੰ ਬੜਾ ਹੀ ਸਪੋਰਟ ਕਰ ਰਹੇ ਨੇ। ਅਤੇ ਦੋਸਤੋ, ਜਿਵੇਂ ਕਿ ਤੁਸੀਂ ਸਾਡੇ ਪਹਿਲਾਂ ਵਾਲੇ ਗੀਤ ਜਿਹੜਾ ਹੈਗਾ ਵਾ ਵਹੁਟੀ ਨਰਮ ਅਤੇ ਰੋਟੀ ਗਰਮ ਮਿਲਦੀ ਕਰਮਾਂ ਵਾਲਿਆਂ ਨੂੰ, ਉਸ ਗੀਤ ਨੂੰ ਮਣਾ ਮੋਈ ਪਿਆਰ ਦਿੱਤਾ ਹੈ। ਇਸੇ ਆਸ ਨਾਲ ਯਾਨੀ ਕਿ ਗੀਤ ਲੈ ਕੇ ਤੁਹਾਡੇ ਹਾਜ਼ਰ ਹੋਏ ਹਾਂ। ਇਸ ਗੀਤ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ, ਸ਼ੇਅਰ ਕਰਿਓ। ਧੰਨਵਾਦ। ਅੱਜ ਦੀ ਅਜੋਕੀ ਗਾਇਕੀ ਨੂੰ ਜਦੋਂ ਅਸੀਂ ਸੁਣਦੇ ਹਾਂ ਉਹਨਾਂ ਗੀਤਾਂ ਦੇ ਵਿੱਚ ਮਾਰ ਧਾੜ, ਅਸਲਾ, ਨਸ਼ਿਆਂ ਦਾ ਰੁਝਾਨ ਅਤੇ ਵੀਡੀਓ ਵਿੱਚ ਅਸ਼ਲੀਲਤਾ ਸਾਫ਼ ਨਜ਼ਰ ਆਉਂਦੀ ਹੈ, ਜੋ ਸਾਡੇ ਸਮਾਜ ਲਈ ਬਹੁਤ ਵੱਡੀ ਬੁਰਾਈ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਸੂਫੀ ਗਾਇਕ ਸਾਡੇ ਵੱਡੇ ਵੀਰ ਭੋਲਾ ਜਮਲਾ ਜੀ ਆਪਣਾ ਨਵਾਂ ਗੀਤ ਤੂੰਬੀ ਵਰਸਿਸ ਰਫਲਾਂ ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਹੋ ਰਿਹਾ ਹੈ। ਸੋ ਸਾਰੇ ਵੀਰ ਭਰਾ ਜੀ ਭਰ ਕੇ ਸਪੋਰਟ ਕਰੋ ਵੀਰ ਭੋਲਾ ਜੀ ਜਮਲਾ ਜੀ ਨੂੰ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੀਤ ਸਿੰਘ। ਆਪਣੇ ਪਿਆਰੇ ਮਿੱਤਰ ਭੋਲਾ ਯਮਲਾ ਜੀ ਦਾ ਨਵਾਂ ਗੀਤ ਆ ਰਿਹਾ ਹੈ ਤੂੰਬੀ ਵਰਸਿਸ ਰਫਲਾਂ, ਤੇ ਆਪਾਂ ਸਾਰਿਆਂ ਨੇ ਵੱਧ ਚੜ ਕੇ ਉਹਨੂੰ ਹੁੰਗਾਰਾ ਦੇਣਾ ਹੈ ਤਾਂ ਕਿ ਚੰਗੇ ਚੰਗੇ ਗੀਤ ਮਾਰਕੀਟ ਵਿੱਚ ਆ ਸਕਣ। ਭੋਲਾ ਯਮਲਾ ਜੀ ਨੂੰ ਉਹਨਾਂ ਦੇ ਨਵੇਂ ਗੀਤ ਤੇ ਬਹੁਤ ਬਹੁਤ ਮੁਬਾਰਕਾਂ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਭੁਪਿੰਦਰ ਕੌਰ ਨੇ ਅੱਜ ਭੋਲਾ ਜਮਲਾ ਜੀ ਦੇ ਕੁਛ ਗਾਣੇ ਸੁਣੇ ਅਤੇ ਉਹਨਾਂ ਦੀ ਇੱਕ ਬਹੁਤ ਜਲਦ 4-5 ਦਿਨਾਂ ਦੇ ਵਿੱਚ ਮਾਰਕੀਟ ਦੇ ਵਿੱਚ ਨਵੀਂ ਕੈਸਟ ਆ ਰਹੀ ਆ ਤੂੰਬੀ ਵਰਸਿਸ ਰਫਲਾਂ। ਮੈਂ ਸਾਰੇ ਸਰੋਤਿਆਂ ਨੂੰ ਬੇਨਤੀ ਕਰੂੰਗੀ ਕਿ ਇਸ ਗਾਣੇ ਨੂੰ ਵੱਧ ਤੋਂ ਵੱਧ ਸੁਣੋ, ਦੇਖੋ, ਪਰਖੋ ਅਤੇ ਇਸ ਗਾਣੇ ਨੂੰ ਵੱਧ ਤੋਂ ਵੱਧ ਪਿਆਰ ਦਿਓ, ਕਿਉਂਕਿ ਇਹਦੇ ਵਿੱਚ ਭੋਲਾ ਜਮਲਾ ਜੀ ਨੇ ਆਪਣੇ ਪੁਰਾਣੇ ਵਿਰਸੇ ਨੂੰ ਯਾਦ ਕੀਤਾ, ਜਮਲਾ ਜੀ ਨੂੰ ਯਾਦ ਕੀਤਾ, ਤੂੰਬੀ ਨੂੰ ਯਾਦ ਕੀਤਾ, ਕਿਉਂਕਿ ਨਵੇਂ ਗਾਇਕਾਂ ਨੇ ਪੰਜਾਬੀ ਦੇ ਗੀਤਾਂ ਦੇ ਵਿੱਚ ਜ਼ਿਆਦਾਤਰ ਰਫਲਾਂ ਰਿਵਾਲਵਰਾਂ ਦੀਆਂ ਹੀ ਗੱਲਾਂ ਕੀਤੀਆਂ ਨੇ। ਸੋ ਭੋਲਾ ਜੀ ਨੇ ਜੋ ਉਪਰਾਲਾ ਕੀਤਾ ਇਹ ਬਹੁਤ ਵਧੀਆ ਉਪਰਾਲਾ ਅਤੇ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਵਾਲਾ ਉਪਰਾਲਾ। ਇਸ ਕਰਕੇ ਸਾਰਿਆਂ ਨੂੰ ਰਿਕੁਐਸਟ ਹੈ ਕਿ ਉਹਨਾਂ ਦੇ ਗਾਣੇ ਨੂੰ ਸੁਣੋ, ਦੇਖੋ ਅਤੇ ਵੱਧ ਤੋਂ ਵੱਧ ਪਿਆਰ ਦਿਓ। ਥੈਂਕ ਯੂ। ਤੂੰਬੀ ਦੇ ਬਾਦਸ਼ਾਹ ਲਾਲ ਚੰਦ ਜੀ ਯਮਲਾ ਜੱਟ ਕਿਸੇ ਰਵਾਇਤੀ ਜਾਣ ਪਛਾਣ ਦੇ ਮੁਤਾਜ ਨਹੀਂ, ਉਹਨਾਂ ਦੇ ਕਦਮ ਚਿੰਨ੍ਹਾਂ 'ਤੇ ਚੱਲਦੇ ਹੋਏ ਭੋਲਾ ਯਮਲਾ
ਹੋਣਹਾਰ ਸੁਰੀਲਾ ਗਾਇਕ। ਉਹਨਾਂ ਨੇ ਆਪਣੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਾ ਗੀਤ ਤੂੰਬੀ ਵਰਸਸ ਰਫਲਾਂ ਪੰਜਾਬੀ ਜਗਤ ਨੂੰ ਦਿੱਤਾ ਹੈ ਔਰ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਜਿਹੇ ਸਾਫ਼ ਸੁਥਰੇ ਅਕਸ਼ ਵਾਲੇ ਕਲਾਕਾਰ ਦੇ ਸਾਫ਼ ਸੁਥਰੇ ਗੀਤ ਨੂੰ ਅਸੀਂ ਲਾਈਕ ਕਰੀਏ, ਕਮੈਂਟ ਕਰੀਏ, ਸ਼ੇਅਰ ਕਰੀਏ। ਔਰ ਮੈਂ ਗੁਰਚਰਨ ਸਿੰਘ ਸੰਧੂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਦਾ ਕਿ ਹੇ ਵਾਹਿਗੁਰੂ ਅਕਾਲ ਪੁਰਖ, ਸਾਡਾ ਇਹ ਭੋਲਾ ਜਮਲਾ ਆਉਣ ਵਾਲੇ ਸਮੇਂ ਦੇ ਵਿੱਚ ਨਸ਼ਿਆਂ ਤੋਂ ਦੂਰ ਰਹਿ ਕੇ, ਹਿੰਸਾ ਤੋਂ ਸ਼ੁੱਧ ਦੂਰ ਰਹਿ ਕੇ ਔਰ ਲਚਰਤਾ ਤੋਂ ਦੂਰ ਰਹਿ ਕੇ ਪੰਜਾਬੀ ਮਾਂ ਬੋਲੀ ਦੀ, ਪੰਜਾਬ, ਪੰਜਾਬੀ ਅਤੇ ਪੰਜਾਬੀ ਦੀ ਸੇਵਾ ਕਰਦਾ ਰਹੇ। ਯਮਲਾ ਜੱਟ ਕਿਸੇ ਪਛਾਣ ਦਾ ਮੁਹਤਾਜ ਨਹੀਂ, ਉਹਨਾਂ ਦਾ ਨਾਂ ਸੁਣਦੇ ਹੀ ਤੂੰਬੀ ਦੀ ਯਾਦ ਆ ਜਾਂਦੀ। ਤੂੰਬੀ ਨਾਲ ਅਨੇਕਾਂ ਪੰਜਾਬੀ ਗੀਤ ਗਾ ਕੇ ਉਹਨਾਂ ਨੇ ਮਾਂ ਬੋਲੀ ਦੀ ਸੇਵਾ ਕੀਤੀ। ਅੱਜ ਉਹਨਾਂ ਦੇ ਹੀ ਪਰਿਵਾਰ ਦਾ ਇੱਕ ਗਾਇਕ ਬਹੁਤ ਹੀ ਵਧੀਆ ਗੀਤ ਲੈ ਕੇ ਆ ਰਿਹਾ, ਤੂੰਬੀ ਵਰਸਸ ਰਫਲਾਂ। ਔਰ ਇਸ ਨੌਜਵਾਨ ਦੀ ਇੱਛਾ ਹੈ ਕਿ ਆਪਣੇ ਸੱਭਿਆਚਾਰ ਨੂੰ ਪ੍ਰਫੁੱਲਤ ਕੀਤਾ ਜਾਵੇ, ਨਾ ਕਿ ਗੀਤਾਂ ਦੇ ਵਿੱਚ ਨਸ਼ਿਆਂ ਦੀ, ਅਸਲੇ ਦੀ, ਮਾਰ ਕੁਟਾਈ ਦੀ ਗੱਲ ਕੀਤੀ ਜਾਵੇ, ਰਫਲਾਂ ਦੀ ਗੱਲ ਕੀਤੀ ਜਾਵੇ। ਤੇ ਮੇਰੀ ਅਪੀਲ ਹੈ ਕਿ ਅਸੀਂ ਸਾਰੇ ਇਸ ਪਾਸੇ ਹਮਲਾ ਮਾਰੀਏ, ਮਾਂ ਬੋਲੀ ਦੀ, ਪੰਜਾਬ ਦੀ, ਪੰਜਾਬੀ ਦੀ, ਪੰਜਾਬੀਅਤ ਦੀ ਗੱਲ ਕਰਦੇ ਹੋਏ ਆਪਣੇ ਗੀਤਾਂ ਨੂੰ ਸੱਚਾ ਸੁੱਚਾ ਕਰੀਏ ਔਰ ਇਸ ਤਰ੍ਹਾਂ ਦਾ ਬਣਾਈਏ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਦਾ ਫਾਇਦਾ ਹੋਵੇ। ਮੇਰੀ ਅਪੀਲ ਹੈ ਕਿ ਇਸ ਗੀਤ ਨੂੰ ਸੁਣੋ ਤੇ ਅਜਿਹੇ ਗੀਤਾਂ ਨੂੰ ਉਤਸ਼ਾਹਿਤ ਕਰੋ। ਸਮੂਹ ਸਰੂਪੇ ਪੰਜਾਬੀ ਦੀਵਾਰ ਨਾਲ ਤਰਕ ਰੱਖਣ ਵਾਲੇ ਵਿਸ਼ਵ ਭਰ 'ਚ ਬੈਠੇ ਪੰਜਾਬੀਆਂ ਨੂੰ ਯਮਲਾ ਜੱਟ ਪਰਿਵਾਰ ਦੇ ਅਪੀਲ, ਯਮਲਾ ਜੱਟ ਪਰਿਵਾਰ 'ਚੋਂ ਮੈਂ ਜਸਦੇਵ ਯਮਲਾ ਤੁਹਾਡੀ ਸੇਵਾ ਭੋਲਾ ਯਮਲਾ ਪੇਸ਼ ਕਰ ਰਿਹਾ। ਤੂੰਬੀ ਵਰਸਸ ਰਫਲਾਂ, ਅੱਜ ਦਾ ਕਲਚਰ ਅਤੇ ਪਿਛਲਾ ਕਲਚਰ ਮੇਲ ਖਾ ਕੇ ਜਿਹੜਾ ਗੀਤ ਲਿਖਿਆ ਹੈ ਇਹ ਬਹੁਤ ਅੱਛਾ ਗੀਤ ਹੈ, ਇਹਨੂੰ ਸਾਰੇ ਸਰੋਤੇ ਸੁਣੋ, ਮਾਣ ਦਿਓ, ਪਿਆਰ ਦਿਓ। ਦੋਸਤੋ, ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡਾ ਬੇਟਾ ਭੋਲਾ ਜਮਲਾ ਜਿਹਨੇ ਤੂੰਬੀ ਵਰਸਸ ਰਫਲਾਂ ਬਾਰੇ ਗੀਤ ਗਾਇਆ, ਇਹਨੂੰ ਵੱਧ ਤੋਂ ਵੱਧ ਹੁੰਗਾਰਾ ਦਿਓ। ਪੁਰਾਣਾ ਅਤੇ ਨਵਾਂ ਕਲਚਰ ਪੇਸ਼ ਕੀਤਾ ਹੈ, ਤੂੰਬੀ ਬਹੁਤ ਪੁਰਾਣਾ ਕਲਚਰ ਸੀ ਜਿਹੜਾ ਕਿ ਇਹਨੇ ਨਵੇਂ ਆਈਡੀਜ਼ ਲਿਆ ਕੇ ਤੁਹਾਡੇ ਸਾਹਮਣੇ ਕੀਤਾ ਆ। ਸਾਰੇ ਜਣੇ ਇਸ ਗੀਤ ਨੂੰ ਭਰਮਾ ਹੁੰਗਾਰਾ ਦੇ, ਯਮਲਾ ਜੱਟ ਪਰਿਵਾਰ ਨੂੰ ਸਾਰੇ ਦੇ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੁਰੇਸ਼ ਯਮਲਾ, ਪੋਤਰਾ ਉਸਤਾਦ ਸ਼੍ਰੀ ਲਾਲ ਚੰਦ ਯਮਲਾ ਜੱਟ, ਮੇਰਾ ਛੋਟਾ ਵੀਰ ਭੋਲਾ ਯਮਲਾ, ਜਿਸ ਦਾ ਗੀਤ ਆ ਰਿਹਾ ਤੂੰਬੀ ਵਰਸੀਏ ਰਫਲਾਂ, ਮੈਂ ਚਾਹੁੰਦਾ ਕਿ ਤੁਸੀਂ ਉਸਨੂੰ ਬਹੁਤ ਭਰਮਾ ਹੁੰਗਾਰਾ ਦਿਓ ਔਰ ਸਪੋਰਟ ਕਰੋ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਜਿੰਨੇ ਵੀ ਮੇਰੇ ਸਰੋਤੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਇਸ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਪੋਰਟ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਉਸਤਾਦ ਲਾਲ ਚੰਦ ਯਮਲਾ ਜੱਟ ਦੀ ਮਿੱਠੀ ਆਵਾਜ਼ ਦੇ ਵਿੱਚ ਇੱਕ ਗੀਤ ਗੁਰੂ ਨਾਨਕ ਪਾਤਸ਼ਾਹ ਦੇ ਬਾਰੇ 'ਚ ਸੁਣਿਆ ਸੀ ਜਦ, ਤਾਂ ਇੱਕ ਸਤਰ ਮੈਨੂੰ ਵਾਰ ਵਾਰ ਹਿਲਾਉਂਦੀ ਹੈ, ਜਗਾਉਂਦੀ ਹੈ, ਜਿਸ 'ਚੋਂ ਆਖਦੇ ਨੇ ਕਿ ਯਮਲੇ ਜੱਟ ਦੀ ਤੂੰਬੀ ਤੈਨੂੰ ਵਾਜਾਂ ਮਾਰਦੀ, ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ। ਮੈਨੂੰ ਲੱਗਦਾ ਕਿ ਉਹ ਤੰਦ ਜਿਹੜੀ ਪਰੋਣ ਵਾਲੀ ਤੰਦ ਹੈ, ਉਹ ਜਿਹੜੀ ਤੂੰਬੀ ਦੀ ਤਾਰ ਹੈ ਜਿਹੜੀ ਸਾਡੇ ਸਾਹਾਂ ਸਵਾਸਾਂ ਨੂੰ ਇੱਕ ਥਾਂ ਦੇ ਉੱਤੇ ਵਿਖੰਡਿਤ ਬਿਰਤੀਆਂ ਨੂੰ ਇਕੱਠੀਆਂ ਕਰਦੀ ਹੈ, ਉਸ ਨੂੰ ਦੁਬਾਰਾ ਪੁਨਰ ਸੁਰਜੀਤ ਕਰਨ 'ਚ ਭੋਲਾ ਯਮਲਾ ਨੇ ਹਿੰਮਤ ਕੀਤੀ ਹੈ। ਭੋਲਾ ਯਮਲਾ ਦਾ ਗੀਤ ਹਥਿਆਰਾਂ ਦੇ ਖਿਲਾਫ ਇੱਕ ਉਹ ਚਿਰਾਗ ਵਰਗੀ ਗੱਲ ਹੈ ਜਿਹੜੀ ਤੂੰਬੀ ਦੀ ਟੁਣਕਾਰ ਨਾਲ ਉਸ ਨੇ ਪੇਸ਼ ਕੀਤਾ। ਉਸ ਦੀ ਆਵਾਜ਼ ਵਿੱਚ ਲਾਜ਼ਮੀ ਤੌਰ 'ਤੇ ਅੰਦਾਜ਼ ਯਮਲਾ ਜੀ ਵਾਲਾ ਹੋਏਗਾ ਕਿ ਉਹਨਾਂ ਦਾ ਸ਼ਾਗਿਰਦ ਹੈ ਉਹ। ਔਰ ਮੈਨੂੰ ਚੰਗਾ ਲੱਗਿਆ ਇਸ ਗੱਲ ਕਰਕੇ ਵੀ ਕਿ ਇਸ ਕਲਯੁੱਗ ਦੇ ਵਾਰੇ ਪੈਰੇ ਦੇ ਵਿੱਚ ਉਸ ਨੇ ਇੱਕ ਦੀਵਾ ਬਾਲਣ ਦੀ ਹਿੰਮਤ ਕੀਤੀ ਹੈ,
ਜਦ ਅਸੀਂ ਸਾਰੇ ਹੀ ਸਰਾਣੇ ਬਾਂਹ ਦੇ ਕੇ ਸੁੱਤੇ ਹੋਏ ਹਾਂ, ਅਸ਼ਲੀਲਤਾ ਦੇ ਖਿਲਾਫ, ਹਥਿਆਰਾਂ ਦੇ ਖਿਲਾਫ, ਸਾਡੇ ਪੁੱਤਰ ਕੁਰਾਹੇ ਪਏ ਹੋਏ ਨੇ, ਮੰਡੀ ਉਹਨਾਂ ਨੂੰ ਆਪਣੇ ਰਾਹ ਤੋਰ ਰਹੀ ਹੈ, ਸੋ ਇਸ ਨਾਲ ਮੈਨੂੰ ਲੱਗਦਾ ਕਿ ਪੁੱਤਰਾਂ ਦੇ ਘਰ ਪਰਤਣ ਦਾ ਵੀ ਰਾਹ ਪੱਧਰਾ ਹੋਵੇਗਾ। ਪੰਜਾਬ ਦੇ ਵਿੱਚ ਨੌਜਵਾਨਾਂ ਵਿੱਚ ਹਥਿਆਰਾਂ ਪ੍ਰਤੀ ਜੋ ਰੁਝਾਨ ਵਧਿਆ ਹੈ, ਮੇਰੇ ਮੁਤਾਬਕ ਉਸ ਵਿੱਚ ਪੰਜਾਬ ਦੇ ਜੋ ਗੀਤ ਹੈ, ਪੰਜਾਬ ਦੇ ਜੋ ਲੋਕ ਗਾਣੇ ਗਾਉਂਦੇ ਹੈ, ਉਹਨਾਂ ਕਰਕੇ ਵੀ ਇਸ ਚੀਜ਼ ਦਾ ਬਹੁਤ ਰੁਝਾਨ ਵਧਿਆ ਹੈ। ਔਰ ਜਿੱਥੋਂ ਤੱਕ ਪੰਜਾਬ ਦੇ ਵਿੱਚ ਨੌਜਵਾਨ ਜੋ ਪੀੜ੍ਹੀ ਗੈਂਗਸਟਰ ਬਣ ਗਈ ਹੈ, ਉਹ ਵੀ ਗੀਤਾਂ ਰਾਹੀਂ ਬਹੁਤ ਜ਼ਿਆਦਾ ਨੌਜਵਾਨ ਪ੍ਰੇਰਿਤ ਹੋਏ ਹੈ। ਪਰ ਇੱਕ ਮੇਰਾ ਵੀਰ ਭੋਲਾ ਜਮਲਾ, ਜੋ ਕਿ ਬਹੁਤ ਹੀ ਵਧੀਆ ਸੋਨੇ ਵਰਗੇ ਦਿਲ ਦਾ ਮਾਲਕ ਹੈ, ਉਸਨੇ ਹਮੇਸ਼ਾ ਪੰਜਾਬ ਲਈ, ਪੰਜਾਬੀ ਸੱਭਿਆਚਾਰ ਲਈ ਅਤੇ ਪੰਜਾਬ ਦੇ ਲੋਕਾਂ ਲਈ ਬਹੁਤ ਵਧੀਆ ਗਾਇਆ ਹੈ। ਅੱਜ ਉਹ ਇੱਕ ਨਵਾਂ ਗੀਤ, ਨਵਾਂ ਪ੍ਰੋਜੈਕਟ ਲੈ ਕੇ ਆ ਰਿਹਾ ਹੈ, ਤੂੰਬੀ ਵਰਸਸ ਰਫਲਾਂ, ਜਿੱਥੋਂ ਕਿ ਸਾਬਤ ਹੋ ਜਾਏਗਾ ਕਿ ਰਫਲਾਂ ਦੇ ਨਾਲ ਨੌਜਵਾਨ ਪੀੜ੍ਹੀ ਕੁਰਾਹੇ ਪੈਂਦੀ ਹੈ ਅਤੇ ਤੂੰਬੀ ਨਾਲ ਜਿਹੜਾ ਸਾਡਾ ਪੰਜਾਬ ਦਾ ਵਿਰਸਾ, ਪੰਜਾਬ ਦਾ ਸੱਭਿਆਚਾਰ, ਪੰਜਾਬ ਦਾ ਕਲਚਰ, ਉਹ ਜ਼ਿੰਦਾ ਰਹਿ ਸਕਦਾ ਹੈ। ਮੈਂ ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ, ਪਰਉਪਕਾਰੀ ਸੰਸਥਾਵਾਂ ਦਾ ਬਤੌਰ ਸਟੇਟ ਕੋਆਰਡੀਨੇਟਰ ਹੋਣ ਦੇ ਨਾਤੇ ਜਮਲਾ ਜੀ ਨੂੰ ਇਸ ਗੱਲ ਦੀ ਵਧਾਈ ਦਿੰਦਾ, ਔਰ ਮੈਂ ਪਰਮਾਤਮਾ ਪਾਸੋਂ ਕਾਮਨਾ ਕਰਦਾ ਕਿ ਉਹਨਾਂ ਦੀ ਇਹ ਜੋ ਪ੍ਰੋਜੈਕਟ ਹੈ, ਉਹਨਾਂ ਜੋ ਗੀਤ ਹੈ, ਉਹ ਦੂਰ ਤੱਕ ਪਹੁੰਚੇ। ਔਰ ਤੁਹਾਨੂੰ ਸਾਰਿਆਂ ਨੂੰ ਵੀ ਬੇਨਤੀ ਕਰਦਾ ਕਿ ਅਗਰ ਅਸੀਂ ਆਪਾਂ ਪੰਜਾਬ ਦੇ ਵਿਰਸੇ ਨੂੰ ਬਚਾਉਣਾ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਬਹੁਤ ਬਹੁਤ ਧੰਨਵਾਦ ਦੋਸਤੋ। ਬਾਈ ਭੋਲਾ ਜਮਲਾ ਪੰਜਾਬੀ ਗਾਇਕੀ ਦਾ ਸੁਰੀਲਾ ਗਾਇਕ ਹੈ, ਉਹਨੇ ਕੰਮ ਵੀ ਸੁਰੀਲਾ ਕੀਤਾ। ਇੱਕ ਖੂਬਸੂਰਤ ਗੀਤ ਤੁਹਾਡੀ ਕਚਹਿਰੀ ਦੇ ਵਿੱਚ ਇਸ ਵੇਲੇ ਉਹਨੇ ਪੇਸ਼ ਕੀਤਾ, ਯਮਲਿਆ ਤੇਰੀ ਤੂੰਬੀ ਛੱਡ ਕੇ ਰਫਲਾਂ ਚੱਕ ਲਈਆਂ ਗਾਇਕਾਂ ਨੇ, ਤੂੰਬੀ ਵਰਸੇ ਰਫਲਾਂ, ਇਹ ਗੀਤ ਹੈ ਕੁਲਦੀਪ ਬਰਾੜ ਦਾ ਲਿਖਿਆ। ਔਰ ਮੈਂ ਸਮਝਦਾ ਵੀ ਹਾਂ ਕਿ ਕਿਸੇ ਨੂੰ ਨਿੰਦਣ ਨਾਲੋਂ ਜਾਂ ਕਿਸੇ ਨੂੰ ਮਾੜਾ ਕਹਿਣ ਨਾਲੋਂ ਕਿਸੇ ਖੇਤਰ ਵਿੱਚ ਆਪ ਚੰਗਾ ਕੰਮ ਕਰ ਦੇਣਾ ਹੀ ਇੱਕ ਸਾਰਥਕ ਕਦਮ ਹੁੰਦਾ। ਇਸ ਘੁੱਪ ਹਨੇਰੇ ਨੂੰ, ਇਸ ਚਾਰ ਚੁਫੇਰੇ ਨੂੰ ਕੋਸਣ ਤੋਂ ਚੰਗਾ ਹੈ ਇੱਕ ਦੀਪ ਜਗਾ ਦੇਈਏ। ਸੋ ਬਾਈ ਜੀ ਨੇ ਪੰਜਾਬੀ ਸੰਗੀਤ ਖੇਤਰ ਦੇ ਵਿੱਚ ਇੱਕ ਦੀਪ ਜਗਾਇਆ, ਔਰ ਮੈਂ ਬਾਈ ਜੀ ਨੂੰ ਇਸ ਗੱਲ ਦੀਆਂ ਮੁਬਾਰਕਬਾਦ ਪੇਸ਼ ਕਰਦਾ। ਔਰ ਇਸ ਤਰ੍ਹਾਂ ਦੇ ਕੰਮ ਹੈ ਜਿਹੜੇ ਉਹ ਪੰਜਾਬੀ ਸੰਗੀਤ ਦੇ ਵਿੱਚ ਹੋਣੇ ਚਾਹੀਦੇ ਆ। ਬਹੁਤ ਬਹੁਤ ਵਧਾਈਆਂ ਬਾਈ ਜੀ, ਤੁਸੀਂ ਇਹ ਚੰਗਾ ਕੰਮ ਕੀਤਾ, ਤੁਹਾਨੂੰ ਔਰ ਲੇਖਕ ਬਰਾੜ ਸਾਹਿਬ ਨੂੰ ਔਰ ਇਹ ਸੰਗੀਤ ਪੇਸ਼ ਕਰਨ ਵਾਲੀ ਇਸ ਜਿਹੜੀ ਸਮੁੱਚੀ ਟੀਮ ਹੈ ਤੁਹਾਡੀ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ। ਲਾਲਚੰਦ ਯਮਲਾ ਜੱਟ ਦੀ ਤੂੰਬੀ ਅੱਜ ਅਗਰ ਟੁਣਕਦੀ ਅਤੇ ਛਣਕਦੀ ਤੁਹਾਨੂੰ ਸੁਣਦੀ ਹੈ ਤਾਂ ਸਮਝੋ ਉਹਨਾਂ ਦਾ ਸ਼ਾਗਿਰਦ ਭੋਲਾ ਯਮਲਾ ਕਿਤੇ ਗਾ ਰਿਹਾ ਹੈ। ਅੱਜ ਹੁਣ ਉਹ ਇੱਕ ਨਵਾਂ ਗੀਤ ਤੂੰਬੀ ਵਰਸਸ ਰਫਲਾਂ ਲੈ ਕੇ ਆਇਆ, ਜਿਸ ਰਾਹੀਂ ਉਸਨੇ ਆਪਣੇ ਅੱਜ ਕੱਲ੍ਹ ਦੇ ਸੱਭਿਆਚਾਰ 'ਤੇ ਜੋ ਨਵੇਂ ਗੀਤਕਾਰ ਲਿਖ ਰਹੇ ਆ ਜਾਂ ਗਾਇਕ ਗਾ ਰਹੇ ਆ, ਅਸ਼ਲੀਲਤਾ ਪਰੋਸ ਰਹੇ ਆ, ਰਫਲਾਂ ਲੈ ਕੇ ਕਬਜ਼ੇ ਲੈਣ ਦੀ ਗੱਲ ਕਰਦੇ ਆ, ਨਸ਼ਿਆਂ ਦੀ ਗੱਲ ਕਰਦੇ ਆ, ਉਹਦੇ ਵਿਰੁੱਧ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਆਸ ਕਰਦਾ ਭੋਲਾ ਯਮਲਾ ਦਾ ਇਹ ਗੀਤ ਤੁਹਾਡੇ ਲਈ ਇੱਕ ਬਹੁਤ ਵਧੀਆ ਸੁਨੇਹਾ ਲੈ ਕੇ ਆਵੇਗਾ, ਅਤੇ ਇਸ ਗੀਤ ਨੂੰ ਤੁਸੀਂ ਸੁਣੋ, ਮਾਣੋ ਅਤੇ ਅੱਗੇ ਬਾਕੀਆਂ ਨੂੰ ਸ਼ੇਅਰ ਕਰੋ। ਮੈਂ ਬਲਵਿੰਦਰ ਹਾਲੀ, ਪੱਤਰਕਾਰ ਜਗਬਾਣੀ ਫਰੀਦਕੋਟ ਅਤੇ ਪੰਜਾਬ ਡੈਰੀ ਨਿਊਜ਼ ਚੈਨਲ ਦਾ ਐਡੀਟਰ ਹੋਣ ਦੇ ਨਾਂ 'ਤੇ ਆਪ ਸਭ ਨੂੰ ਅਪੀਲ ਕਰਦਾ ਹਾਂ ਕਿ ਇਸ ਗੀਤ ਨੂੰ ਜ਼ਰੂਰ ਸੁਣੋ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਨਿਰੰਜਨ ਸਿੰਘ ਰੱਖੜਾ, ਆਲ ਇੰਡੀਆ ਟਾਂਕ ਛੱਤਰੀ ਪ੍ਰਤੀਨਿਧ ਸਭਾ ਦਾ ਕੌਮੀ ਪ੍ਰਧਾਨ। ਅੱਜ
ਬਹੁਤ ਹੀ ਖੁਸ਼ੀ ਹੋਈ ਹੈ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਮੇਰਾ ਛੋਟਾ ਵੀਰ ਬਾਈ ਭੋਲਾ ਜਮਲਾ ਜੀ ਜਿਹੜਾ ਕਿ ਇੱਕ ਨਵਾਂ ਗੀਤ ਲੈ ਕੇ ਛੇਤੀ ਆ ਰਿਹਾ ਜਿਸ ਦਾ ਨਾਂ ਰੱਖਿਆ ਤੂੰਬੀ ਵਰਸਜ ਰਫਲਾਂ। ਅੱਜ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਐਸੇ ਕਲਾਕਾਰ ਆ ਜਿਨ੍ਹਾਂ ਨੇ ਰਫਲਾਂ ਚੁੱਕ ਕੇ ਸਾਡੀ ਨੌਜਵਾਨ ਪੀੜ੍ਹੀ ਨੂੰ ਗਲਤ ਰਸਤੇ ਵਿੱਚ ਪਾ ਦਿੱਤਾ। ਅੱਜ ਮੇਰੇ ਵੀਰ ਨੇ ਇਹ ਉਪਰਾਲਾ ਕੀਤਾ ਕਿ ਸਮਾਜ ਲਈ ਮੈਂ ਸਹੀ ਦਿਸ਼ਾ ਦੇ ਸਕਾਂ, ਔਰ ਮੈਨੂੰ ਉਮੀਦ ਹੈ ਕਿ ਇਹ ਗੀਤ ਸੁਣ ਕੇ ਸਾਡਾ ਜਿਹੜਾ ਨੌਜਵਾਨ ਹੈ ਉਹ ਆਪਣੇ ਵਿਰਸੇ ਦੇ ਵਿੱਚ ਸ਼ਾਮਿਲ ਹੋਊਗਾ ਔਰ ਆਉਣ ਵਾਲੀ ਪੀੜ੍ਹੀ ਲਈ ਵੀ ਇੱਕ ਬਹੁਤ ਵਧੀਆ ਸੁਨੇਹਾ ਜਾਊਗਾ। ਮੈਂ ਮੁਬਾਰਕਬਾਦ ਦਿੰਦਾ ਆਪਣੇ ਛੋਟੇ ਵੀਰ ਭੋਲਾ ਜਮਲਾ ਜੀ ਨੂੰ। ਆਪਣੇ ਪੰਜਾਬੀ ਦੇ ਨਾਮਵਰ ਗਾਇਕ ਬਾਈ ਭੋਲਾ ਜਮਲਾ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਨੇ ਤੁੰਬੀ ਵਰਸਸ ਰਫਲਾਂ। ਬਹੁਤ ਹੀ ਸਾਰਥਕ ਵਿਸ਼ੇ ਦੇ ਉੱਤੇ ਉਹਨਾਂ ਨੇ ਇਹ ਗੀਤ ਤਿਆਰ ਕੀਤਾ ਹੈ। ਅੱਜ ਕੱਲ੍ਹ ਜਿੱਥੇ ਮਾਰ ਧਾੜ ਵਾਲੀ ਗਾਇਕੀ ਚੱਲ ਰਹੀ ਹੈ ਹਰ ਪਾਸੇ ਅਜਿਹੇ ਗੀਤ ਆ ਰਹੇ ਨੇ ਜੋ ਕਿ ਮਾਰ ਧਾੜ ਨੂੰ ਪ੍ਰਮੋਟ ਕਰ ਰਹੇ ਨੇ। ਉਸੇ ਹੀ ਹਾਲਾਤ ਵਿੱਚ ਬਾਈ ਭੋਲਾ ਜਮਲਾ ਲੈ ਕੇ ਆਇਆ ਤੁੰਬੀ ਵਰਸਸ ਰਫਲਾਂ, ਇੱਕ ਸਮਾਜ ਨੂੰ ਸਹੀ ਸੇਧ ਦਿੰਦਾ ਗੀਤ। ਬਹੁਤ ਵਧਾਈ ਬਾਈ ਭੋਲਾ ਜਮਲਾ ਨੂੰ ਅਤੇ ਸਾਰੇ ਦੋਸਤਾਂ ਨੂੰ ਅਪੀਲ ਕਿ ਆਪਾਂ ਵੱਧ ਤੋਂ ਵੱਧ ਉਹਨਾਂ ਦੇ ਇਸ ਗੀਤ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰੀਏ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਮਹੰਤ ਗੁਰਦਾਸ, ਸਾਡੇ ਇੱਕ ਪਰਮ ਮਿੱਤਰ ਲੋਕ ਗਾਇਕ ਭੋਲਾ ਜਮਲਾ ਜੀ ਜੋ ਪੁਰਾਣੇ ਵਿਰਸੇ ਨੂੰ ਬੜੇ ਸੁਚੱਜੇ ਢੰਗ ਨਾਲ ਸਾਂਭ ਕੇ ਰੱਖਿਆ, ਜਿਨ੍ਹਾਂ ਨੇ ਉਹਨਾਂ ਨੇ ਤੁਹਾਡੀ ਇੱਕ ਕਚਹਿਰੀ ਵਿੱਚ ਨਵਾਂ ਗੀਤ ਲੈ ਕੇ ਹਾਜ਼ਰ ਹੋਏ ਹੈ ਤੁੰਬੀ ਵਰਸ ਰਫਲਾਂ। ਬੜਾ ਸੋਹਣਾ ਉਹਨਾਂ ਨੇ ਲੋਕਾਂ ਨੂੰ ਮੈਸੇਜ ਦਿੱਤਾ ਹੈ ਵੀ ਤੁੰਬੀ ਨੂੰ ਛੱਡ ਕੇ ਅੱਜ ਕੱਲ੍ਹ ਦੇ ਗਾਇਕਾਂ ਨੇ ਰਫਲਾਂ ਚੱਕ ਲੀਆਂ। ਇਹਨਾਂ ਤੋਂ ਸਾਨੂੰ ਰਫਲਾਂ ਵਾਲਿਆਂ ਗੀਤਾਂ ਤੋਂ ਸੰਕੋਚ ਕਰਨਾ ਚਾਹੀਦਾ ਹੈ। ਸਾਨੂੰ ਪੁਰਾਣਿਆਂ ਹੀ ਸੱਭਿਆਚਾਰ ਜਿਹੜੇ ਗੀਤ ਸੁਣਨੇ ਚਾਹੀਦੇ ਹੈ, ਪੁਰਾਣਿਆਂ ਸੱਭਿਆਚਾਰ ਨੂੰ ਅਪਣਾਉਣਾ ਚਾਹੀਦਾ ਹੈ। ਇਹ ਸਾਨੂੰ ਭੋਲਾ ਜਮਲਾ ਜੀ ਨੇ ਬਹੁਤ ਸੋਹਣਾ ਇੱਕ ਮੈਸੇਜ ਦਿੱਤਾ ਹੈ ਅਤੇ ਮੈਂ ਸਾਰੇ ਹੀ ਵਰਲਡ ਵਾਸੀਆਂ ਨੂੰ ਅਪੀਲ ਕਰਦਾ ਹੈ ਵੀ ਇਹਨੂੰ ਵੱਧ ਚੜ੍ਹ ਕੇ ਸ਼ੇਅਰ ਕਰੋ, ਵੱਧ ਚੜ੍ਹ ਕੇ ਇਹਨੂੰ ਕਮੈਂਟ ਕਰੋ ਅਤੇ ਭੋਲਾ ਜਮਲਾ ਜੀ ਦਾ ਸਾਥ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।